हर कासिब घर ही जे हर कासिब घर ही जे भेद न जानो मानस दे जिन्ना न विसरे नाम सेकने भेद न जानो मूल साई जे हां फरीद फरीद पुकार पैगी एवें नी बाबा महिंदर सिंह होर दी याद बैठे हो पुकार पै गई फरीद रब रब पुकार दा है जिन्हें फरीद ने रब नू याद कीता फरीद रब नू वाजा मारदा है और जिन्नू याद करिए भी याद करता है जिन्नू याद करिए वो भी याद करता है कौन से नम रह कर हैं के साधु नम रह कर हैं के साधु जुगो जुग अटल तन तन साहब श्री गुरु ग्रंथ महाराज जी दी पावन पवित्र उच्ची सुची ते निक्की गोदानंद मान रही गुरु स्वारी गुरु रूप साध संगी जो जिथे आप जी अपनी जिंदगी दे अमोलक समय तन तन साहब श्री गुरु ग्रंथ महाराज जी दे पावन पवित्र चरण कमलों में लगा के सुनिया करन दी खेचला जन तेर पालता कर रहे हो ओ फिर रब वर्गे महापुरखां दी पावन पवित्र याद मना रहे मेरे कहन तो मुराद संत बाबा महेंद्र सिंह ध्यानू माजरे वाले गुरु की संगत उन्हां दी पवित्र याद विच बैठे हो यादां किन्हां दी मनाईयां जांदियां ने जिहड़े परमेश्वर दा नाम जपदे ने एक वारी कह दिओ वाहेगुरू जेड़े परमेश्वर का नाम नहीं जपते उन्हें दिया यादा को मनाते वेखिए किसी का बजुर्ग चढ़ाई कर जाए अखंड पाठ साहब सब करवा देंगे भोग दे उत्ते पहली बारी दूजी बारी साल दे विच एक गुरु की संगत पाठ होर करा देंगे तीजी बारी तो फिर याद ही नहीं रखते किसी बेअलादे दे अलाद ना होवे दुनिया के लोग कहते इहदा दुनिया ते ना नहीं रहना एक बारी कह दो वाहेगुरू ए मोटी जी मिसाल ना नहीं रहना ना बच्चा करके रहिंदा ना धीआं पुत्रां करके रहिंदा मब करना गुरु की संगत ना रख लो ना रहेगा नाम उन्हां दा रहेगा जिन्हां ने परमेश्वर दा नाम जपिया जिन्हां ने परमेश्वर दा नाम नहीं जपिया उन्हां दा दुनिया दे एक दिन नामो निशान भी नहीं रहिंदा एक वारी कह दिओ वाहेगुरू एक बारी तुहानू कहना पएगा कि धन संत बाबा महिंदर सिंह जी
माफ करना गुरु की संगत संगत अगे पिंडां दे विच कबड्डियां हुंदियां सन अजकल माफ करना गुरु की संगत पहलवानियां हुंदियां सन मल खेड़े हुंदे सन भई आ केड़े पिंड दा पहलवान आया जी इस मल खेड़े च केड़े केड़े पिंड दे पहलवान आए ने माफ करना गुरु की संगत ਕਿਸੇ ਪਿੰਡ ਦਾ ਚੰਗੇ ਪਿੰਡ ਦਾ ਅੱਜ ਵੀ ਲੋਕੀ ਗੱਲਾਂ ਕਰਦੇ ਨੇ ਕਈ ਵਾਰੀ ਕਿ ਫਲਾਣੇ ਪਿਛਲੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ ਫਲਾਣੇ ਪਿੰਡ ਦੀ ਅਨੜੇ ਸੰਸਾਰਪੁਰ ਪਿੰਡ ਪਿੰਡ ਪੈਂਦਾ ਜਲੰਧਰ ਜਿੱਥੇ ਹਾਕੀ ਦੀ ਟੀਮ ਗੁਰੂ ਕੀ ਸੰਗਤ ਕਿਸੇ ਜ਼ਮਾਨੇ ਚ ਬੜੀ ਚੜ੍ਹਦੀ ਕਲਾ ਸੀ ਅੱਜ ਵੀ ਹਾਕੀ ਦੀਆਂ ਟੀਮਾਂ ਉਸ ਪਿੰਡ ਦੇ ਵਿੱਚ ਚੜ੍ਹਦੀ ਕਲਾ ਚ ਨੇ ਮਾਫ ਕਰਨਾ ਇੱਕ ਐਸੇ ਦੁਨੀਆਂ ਦੇ ਵਿੱਚ ਪੈਦਾ ਹੁੰਦੇ ਨੇ ਜਿਹੜੇ ਪੈਰਾਂ ਦੇ ਪਿੰਡਾਂ ਦੇ ਨਾਂ ਨੂੰ ਕਲੰਕ ਲਾ ਜਾਂਦੇ ਨੇ ਇੱਕ ਐਸੇ ਬਾਬਾ ਮਹਿੰਦਰ ਸਿੰਘ ਵਰਗੇ ਪੈਦਾ ਹੁੰਦੇ ਨੇ ਜਿਹੜੇ ਪਿੰਡਾਂ ਦੇ ਨਾਂ ਨੂੰ ਚਮਕਾ ਜਾਂਦੇ ਨੇ ਖਾਲਸਾ ਜੀ ਇੱਥੇ ਨੇੜੇ ਪੈਂਦਾ ਗੰਗੂ ਕੀ ਸਹੇੜੀ ਗੰਗੂ ਕੀ ਸਹੇੜੀ ਪਿੰਡ ਦਾ ਨਾਂ ਸੀ ਸਹੇੜੀ ਭਾਵੀ ਕਾਲੀ ਕਮੀਨੀ ਕਿਰਤੀ ਕਰਤੂਤ ਕਰਕੇ ਗੰਗੂ ਬਾਹਮਣ ਦੀ ਕਰਕੇ ਉਹਦਾ ਪਿੰਡ ਨਾ ਪਹਿਲਾਂ ਆ ਗਿਆ ਗੰਗੂ ਕੀ ਮਾਫ ਕਰਨਾ ਆਪਣੇ ਪਿੰਡ ਦੇ ਨਾਂ ਨੂੰ ਕਲੰਕ ਕਰ ਲਾ ਗਿਆ ਕਲੰਕਿਤ ਕਰ ਗਿਆ ਇੱਥੇ ਬਾਬਾ ਮਹਿੰਦਰ ਸਿੰਘ ਜੀ ਮੈਂ ਪੁੱਛ ਰਿਹਾ ਸੀ ਸਿੰਘਾਂ ਨੂੰ ਬਾਬਾ ਮਹਿੰਦਰ ਸਿੰਘ ਜੀ ਦਾ ਜੀਵਨ ਬੜਾ ਪੂਜਣ ਯੋਗ ਸੀ ਮਾਫ ਕਰਨਾ ਗੁਰੂ ਕੀ ਸੰਗਤ 1920 ਦੇ ਵਿੱਚ ਅਵਤਾਰ ਧਾਰਨ ਕੀਤਾ ਇਹ ਨਾ ਜਨਮ ਚਾਹੁੰਦੇ ਨੇ ਨਾ ਮਰਨ ਚਾਹੁੰਦੇ ਨੇ ਗੁਰੂ ਸਾਹਿਬ ਨੇ ਫੈਸਲਾ ਦੇ ਦਿੱਤਾ ਜਨਮ ਮਰਨ ਤੂੰ ਹੂੰ ਮੈਂ ਨਾਈ ਜਨ ਪਰ ਪੁਕਾਰੀ ਆਏ ਆਮ ਲੋਕੀ ਕਹਿੰਦੇ ਨੇ ਕਿ ਸੰਤ ਅੱਖਰ ਗੁਰੂ ਵਾਸਤੇ ਵਰਤਿਆ ਇਹ ਭੁਲੇਖੇ ਵਿੱਚ ਤੁਰੇ ਫਿਰਦੇ ਨੇ ਇੱਕ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਪੌੜੀ ਦੇ ਵਿੱਚ ਸਿੱਖਾਂ ਨੂੰ ਉਪਦੇਸ਼ ਦਿੱਤਾ ਇੱਕ ਵਾਰੀ ਕਹਿੰਦੇ ਵਾਹਿਗੁਰੂ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਸਾਰੇ ਪੜੋ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਇੱਕ ਪੌੜੀ ਦੇ ਵਿੱਚ ਸਿੱਖਾਂ ਨੂੰ ਉਪਦੇਸ਼ ਦਿੱਤਾ ਇੱਕ ਪੌੜੀ ਦੇ ਵਿੱਚ ਮਾਫ ਕਰਨਾ ਗੁਰੂ ਕੀ ਸੰਗਤ ਉਪਦੇਸ਼ ਕਿਹਨੂੰ ਕੀਤਾ ਸੰਤਾਂ ਨੂੰ ਆਵੋ ਸੰਤ ਪਿਆਰਿਓ ਸਾਰੇ ਪੜੋ ਆਵੋ ਸੰਤ ਪਿਆਰਿਓ ਜਿਨ੍ਹਾਂ ਦਿਨਾਂ ਦੇ ਵਿੱਚ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਕ ਵਾਰੀ ਮਿਲਾਪ ਹੋਇਆ ਮਾਫ ਕਰਨਾ ਗੁਰੂ ਕੀ ਸੰਗਤ ਬਾਬਾ ਜੀ ਸਮਾਧੀ ਅਵਸਥਾ ਜੀ ਰਹਿੰਦੇ ਸਨ ਕਈ ਕਹਿੰਦੇ ਜੀ ਰੱਸੀ ਦੀ ਮਾਲਾ ਸੀ ਕਈ ਕਹਿੰਦੇ ਕੁਝ ਮਾਲਾ ਸੀ ਉਹ ਤਾਂ ਉਸ ਦੁਨੀਆਂ ਦੇ ਵਿੱਚ ਰਹਿੰਦੇ ਸਨ ਖਾਲਸਾ ਜੀ ਕਬੀਰ ਜੀ ਕਹਿੰਦੇ ਨੇ ਮਾਫ ਕਰਨ ਮਾਰੀ ਕਹਿੰਦੇ ਹਮ ਉਸ ਦੇਸ਼ ਕੇ ਵਾਸੀ ਹੈ ਸਾਰੇ ਪੜੋ ਹਮ ਉਸ ਦੇਸ਼ ਕੇ ਵਾਸੀ ਹੈ ਜਹਾਂ ਪਾਰ ਬ੍ਰਹਮ ਕਾ ਖੇਲ ਦੀਆ ਜਲੇ ਅਗਮ ਕਾ ਬਿਨ ਬਾਤੀ ਬਿਨ ਤੇਲ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੀ ਪਾਵਨ ਪੁੱਤਰ ਯਾਦ ਵਿੱਚ ਬੈਠੇ ਹੋ ਖਾਲਸਾ ਜੀ ਉਹ ਤਾਂ ਕਿਸੇ ਅਗੰਮੀ ਦੁਨੀਆਂ ਵਿੱਚ ਰਹਿੰਦੇ ਸਨ ਮਰ ਪਰਮਾਉਂਦੇ ਨੇ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਸਾਰੇ ਪੜੋ ਤਨ ਮਨ ਧਨ ਸਭ ਹੁਕਮ ਮੰਨੀਐ ਪਾਈਐ ਇੱਥੇ ਸੰਤਾਂ ਨੂੰ ਕਿਹਾ ਤਨ ਮਨ ਧਨ ਸਭ ਸੌਂਪ ਗੁਰ ਕੋ ਦੂਜੇ ਪਾਸੇ ਕਿਹਾ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋਹਾ ਰੰਗ ਜਪਿਓ ਸਾਰੰਗ ਪਾਣੀ ਇੱਥੇ ਕਹਿੰਦੇ ਜੀ ਸੰਤ ਸ਼ਬਦ ਗੁਰੂ ਵਾਸਤੇ ਵਰਤਿਆ ਪਾਤਸ਼ਾਹ ਫਰਮਾਉਂਦੇ ਨੇ ਮਾਫ ਕਰਨਾ ਗੁਰ ਸਾਗਰ ਰਤਨੀ ਭਰਪੂਰੇ ਸਾਰੇ ਪੜੋ ਗੁਰ ਸਾਗਰ ਰਤਨੀ ਭਰਪੂਰੇ ਮਾਨ ਸਰੋਵਰ ਸੁੱਚੇ ਮੋਤੀਆਂ ਦੇ ਨਾਲ ਭਰੇ ਹੋਏ ਨੇ ਹੀਰਿਆਂ ਮੋਤੀਆਂ ਨਾਲ ਭਰੇ ਹੋਏ ਨੇ ਸਰਵਰ ਅੰਦਰ ਹੀਰਾ ਮੋਤੀ ਸਾਰੇ ਪੜੋ ਸਰਵਰ ਅੰਦਰ ਹੀਰਾ ਮੋਤੀ ਇਹ ਹੰਸਾਂ ਦਾ ਖਾਣਾ
मान सरोवर हीरे सुचे मोतियां दे नाल भरे ने ओ चोगा चुगदे ने हंस ते गुरु ग्रंथ साहिब जी महाराज गुरु के संग बख्शिशां रूपी हीरियां ते मोतियां नाल भरे होए ने पर ए चोगा केड़ा चुगदे ने सर्व माफ करना गुर सागर रत्नी भरपूरे अमृत संत चुगे नहीं दूरे सारे पढ़ो अमृत संत चुगे नहीं दूरे माफ करना गुरु के संगत संत दी डेफिनेशन दसी है कई कहंदे ने कि संतां नूं संत ना क्या करो इन्हां नूं बाबे आख्या करो मैं तुहाडा धन्नवाद तुसीं ते होर वी वड्डे बनाता संतां नूं पर बाबा शब्द तां गुरु नानक वास्ते वरतिया बाबा शब्द तां गुरु वास्ते वरतिया सारे पढ़ो जिथे बाबा पैर परे जिथे बाबा पूजा आसन थापन सोआ पूजा आसन समय थोड़ा है बाबा पैंदा सच खंड सारे पढ़ो बाबा पैंदा सच खंड नौनद नाम गरीबी पाई केड़ा बाबा गया बाबा नानक गया बाबा गया बगदाद नू सारे पढ़ो बाबा गया बगदाद नू माफ करना केड़ा बाबा गया बाबा नानक गया बाबा गया बगदाद नू इक अबाबा अकाल रूप सारे पढ़ो इक अबाबा अकाल रूप दूजा रबाबी मर्दाना दूजा रबाबी मर्दाना फिर बार बाबे तारे चार चक बाबे तारे बाबा शिवत गुरु वास्ते वरती है बाबा बसे बिच बकाले गुरु हर कृष्ण महाराज जी दा जदों अंतम समा आया निरंकार दे देश नूं जाण लगे सिखां ने बेनती कीती महाराज कृपा करके संतां नूं कीदे लड़ ला के जा रहा है गुरु हर कृष्ण महाराज छोटी उम्र च गुरता गुरगद्दी प्राप्त कीती ते छोटी उम्र विच ही निरंकार दे देश नूं गुरु की संगत चले गए उस मौके गुरु हरकृष्ण महाराज ने किया बाबा बसे बिच बकाले सारे पढ़ो बाबा बसे बिच बकाले सारे पढ़ो बाबा बसे बकाले अपनी संगत आप संभाले गुरु हरकृष्ण महाराज गुरता गुरगद्दी पुत्र नूं ना दे के गुरता गुरगद्दी पोतरे नूं दे गया सन माफ करना बाबा असीं प्यो दे प्यो नूं भी कहिंदे अजकल दे जमाने च कहिंदे ने जी टू इन वन तां गुरु हरकृष्ण महाराज अठवें स्वरूप च कर गए सन इक वारी कह दिओ वाहिगुरू इक वारी फिर कह दिओ वाहिगुरू इक वारी फिर कह दिओ वाहिगुरू माफ करना माफ करना दादे तू गुरता गुरगद्दी लई है पोते ने दुनियावी रिश्ता करके गुरु हर साथ गुरु हर साहब गुरु हरगोबिंद साहब जी दे पोता जी लगदे सन पर दुनियावी रिश्ता करके गुरु तेग बहादुर जी महाराज गुरु हर कृष्ण महाराज दे दादा जी लगदे सन बाबा जी लगदे सन पर महाराज ने जब बेनती की थी मर्द भरत बाद आख्या बाबा बसे बिच बकाले बाबा बसे बिच बकाले एक गल च दो गल्लां सन भी जेड़ा बाबा है भाव गुरु है वो मेरा बाबा भी लगता है मेरी कह दे वैरू है जेड़ा गुरु है ना वो मेरा बाबा भी लगता बाबा जेड़ा गुरु है मेरा बाबा बाबा भी लगता है बाबा बसे बिच बकाले अपनी संगत आप संभाले अजकल तो कहते ने जी गुरु तेग बहादुर बाजो है ना सिखी दे कातलां नूं अज बच सकदे ते बाजो बाजो माफ करन कहते ने कि गुरु तेग बहादुर जी मत भोरा साज बैठे ही नहीं खालसा जी छब्बीवां साल बीतन वाला सी छब्बीवां वरा बीतन वाला सी सताईवां वरा लग चुका सी माफ करना गुरु की संगत कहते कदे कदे प्रचार करन वास्ते भी चले जांदे सन जे प्रचार करन वास्ते चले जांदे तां मक्खन शाह नूं लभण दी लोड़ किवें पै गई इक वारी कह दिओ वाहिगुरू इक वारी फिर कह दिओ वाहिगुरू माफ करना फिर ते बाबे बकाले दी धरती ते लोकां ने कह देना सी इक सतगुरु पातशाह नूं प्रचार करन गए ने हुण आ जांदे ने पर खालसा दी उत्थे 22 मंजियां लगियां होईयां 22 मंजियां जिन्ना भी सोढ़ी सोढ़ी सना इन्हें कहा भी खड़े मेरे वाल शिकारा किया मेरे वाल जकारा किया मेरे वाल इशारा किया मेरे वाल इशारा किया खालसा जी सहनशीलता सारे गुणा की मां है
टाइम की कि गल तुम ला लो भावे सारा ही ला लो एक बार कह रहे हो माफ करना एक संत संत के स्थान से कह जी जुत्तियां खड़कन पी है मैं की गल जी कहते साडे संत एक कहना मेरे साडे संत मैनू गद्दी दे गए दूजा कहता मैनू दे गए तीजा कहता गद्दी मैनू दे गए चौथा कहता गद्दी मैनू दे गए और मैं क्या गुरता गुरगद्दी तो गुरु ग्रंथ साहब दे गए ने जे गद्दी का झगड़ा तो चल मैं तेरे सोफे सटा देते 3600 गद्दियां गड्डिया कर देना एक बार कह रहे हो वैरू वह गद्दियां की कड़ी गल कुर्सिया तू गद्दिया मिल जाएगी तू सोवे सैटा गद्दियां मिल जाएगी उत बई गुरु बैठे बई गुरु पर माफ करना गुरु कि संगत गुरबाणी ने दसिया अगली साहब से भी है अगली पाइए मान अगली पढ़ के बुझी है अगली की जय दान माफ करना अंधे एन आखिए जिन मुख नोएन नाए अंधे से ही नानका जी खसमो उठे जाए केंद्र ओ नहीं जो अखा नहीं फिर अन्ने तो भी हो गए ना केंद्र अन्ने ओ ने जेड़े गुरु साहब के हुक्म ना मन के इधर उधर तुरे फिरते वो अन्ने हैं पर बेड़ा मक्खन शाह जब गया सी बेड़ा डोले खा संगला दीप दे टापू गुजरात के कंडे पैंदा दास विच पैंदा दास नूं देखण दा मौका मिलिया मिंट कुमरी पाकिस्तान दे रहण वाला मक्खन शाह अमीर बंदा सी एवें नहीं सी बेड़ा मक्खन शाह दा जद गया सी डोले खा जूं-जूं बेड़ा डोलदा ओहदा चित गया घबरा उहने जिन्ने देवी देवते सब लै सब मना माफ करन पर बेड़ा डोलन ना रुकिया माफ करना गुरु की संगत शेर दे चेहरे दे त्रेली आ गई मुर्गा आ गया पानी आ गया भी गल की बनी हुण बेड़ा बन नहीं लग रहा उत्थे बेड़ी दे विच बैठे मलाहां दे विच साथियां दे विच एक नूं कहिंदा ओह कोई गुरु होर भी है उत्थे कई कहना मक्खन शाह का पहले गुरु घर का श्रद्धालु से यह गल गलत है जे मक्खन शाह पहला गुरु घर का श्रद्धालु होता तो उन्होंने लभण की लड़ सी एक बार कह दे लभण की लड़ सी माफ करना गुरु की संगत बाबा महिंदर सिंह और गल कर रहे हैं पर जरा ध्यान देना पड़ेगा वह कहो जे महापुरुष सन वो योजे महापुरुष सन तुम बहुत पूछोगे कहो जे और जिन्हें नौकरी भी छड़ती पढ़ाई की नौकरी छड़ती पढ़ना गुड़ना संसार की कार है सारे पढ़ना गुड़ना संसार की अंदर तृष्णा विकार ये कह मैं मेडिकल करके मैं माफ करना डॉक्टर बन गया जा मैं मुकरी करके कोई लेक्चरर बन गया मैं जे मैं कोई अफसर बन गया ता मैं बड़ी पढ़ाई पढ़ रही था जे कोई कहे कि मेरी मुक्ति हो जाए ना बाबा जी मुक्ति नहीं है मुक्ति दे नाम तो होनी स्कूलों के लिखे बाहर लिखिया विद्या विचारी तो पर पकारी विद्या विचारी तो पढ़ दो विद्या विचारी तो विद्या विचारी तो पर पकारी विद्या संत बाबा महिंदर सिंह ने विचारी खालसा जी नौकरी करते सन पढ़े लिखे सन उस जमाने दे विच माफ करना टीचर की ड्यूटी छड़नी ते इसे मानपुर खंड पिंड गुरमत विद्यालय काम करना पता नहीं किन्ने पाठी बनाए किन्नी दुनिया नूं माफ करना परमेश्वर दे चरणों में जोड़िया और गुरु की संगत उन्होंने जी विद्या उन्होंने धारण की आप भी कहने बड़े पढ़े लिखे पर संघ जी गल इस तरह नहीं बननी इधर मक्खन शाह कहते ने नाल दे साथियों नूं कहिंदा तो गुरु होर भी है कहिंदे माफ करना हुण कोई गुरु होर भी है माफ करना ते नाल दे साथियों ने आख्या शाह जी गुरु नानक दी गुरता गुरगद्दी ते अठवीं जोत गुरु हरकृष्ण महाराज सन आप ते निरंकार दे देश नूं चले गए ने पर जांदे जांदे ओह वचन कर गए ने बाबा बसे विच बकाले सारे पड़ो बाबा बसे विच बकाले अपनी संगत आप संभाले आख्या जी ओह जांदे जांदे इशारा कर गए ने कि बाबा बकाले बसदा गुरु बकाले बसदा ते नाल दे साथियां मक्खन शाह कहिंदा गुरु दे नां दा पता कहिंदा ना कहिंदा पता ही नहीं
गुरु रहिंदा किथे किथे गुरु नूं तुसे धड़ी पे वेखिया आख्या जी असीं वेखिया भी नहीं माफ करना सानू गुरु दे नां दा पता भी नहीं आपां जो अरदास करदे गुरु ग्रंथ साहिब दे चरणां च ते नां ही लै के करदे हां ये दसां पातशाहां दी आत्मक जागदी जोत साहिब श्री गुरु ग्रंथ साहिब महाराज जी करो कृपा ते जे नां दा ही ना पता होवे उहने आख्या ना ना माफ करना गुरु किसी ना का तुहानू पता नहीं ते ए कहंदे कि बाबा बस्से विच विकाले इन्ना कहन नाल गल बन जाएगी ओ नाल दे साथियां ने आख्या शाह जी की हो गया जे तैनू गुरु दे नां दा पता नहीं की हो गया जे तू गुरु दा दर्शन ही कीता है पर गुरु ते अंतरजामी है एक बारी कह दे गुरु ते अंतरजामी है गुरु ते जानदा है गुरु ते तेरे साथ साथ ही रग रग दी जानदा है माफ करना गुरु की संगत बिना एड्रेस तो चिट्ठी नहीं कि पहुंच सकती टेलीफोन नंबर ना हो बाबा जी भावे सारा दिन डायल घुमाई जाओ टिक 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 हाथ मारी जाओ पर जो नंबर ही नहीं तो अगे गलबात नहीं जो होनी गुरु नानक का घर है सजना दास पहाड़ी नहीं सी रहा दास जानदा संत बाबा महिंदर सिंह जी जी का जीवन बड़ा उच्चा सुचा सब तो वड्डी गल हथी किरत करनी किरत विरत कर धर्म दी सारे पढ़ो किरत विरत कर धर्म दी हथों दे के पला मनाए हथों दे के पला मनाए पर गुरु की संगत मक्खन शाह नाल दे साथियों ने आख्या शाह जी गुरु तो जानता है तू नहीं देखा गुरु तो वेख रहा तेन मैं बोलिया सब कुछ जानता मक्खन शाह इन्हें गल दे विच पल्लू पा के अरदास कीती आ गुरु नानक दी कृपा गुरगद्दी दे नौवें वारस सतगुरु पातशाह जीओ मैनू तेरे नाम दा पता नहीं मैं तेरे दर्शन भी नहीं कीते गरीब नवाज इस विपदा दी घड़ी विच मेरा बेड़ा बरेती च धसदा जा रहा है गरीब नवाज मेरा बेड़ा बने लग जाए मैं 500 सोने दियां मोहरां चढ़ावांगा तुहाडे चरणां दे विच आके बेड़ा मक्खन शाह दा जद गया सी डोले खा ज्यों ज्यों बेड़ा डोलदा ओहदा चित गया घबरा माफ करना उहने दुनिया दे जिन्ने देवती देवी देवते समनन अरदासां कर करके मना लिया पर बेड़ा बनने नहीं लग रहा पर माफ करना फिर उहने गल च पल्लू पा के गुरु नौमा लिया त्या कहिंदा मेरा माफ करना 500 मोहरां चढ़ावांगा मेरा बेड़ा बने ला कहिंदे माफ करना पहुंची अरदास सिख दी ओहदा बेड़ा कंडे लग्गिया आ माफ करना बेड़ा बनने लग्गिया वेख के शेर दे मन चढ़ गया चा ओथो विच बकाले पुज्जिया साडे वांगू नूं जी बड़ियां अरदासां करदे आं मेरा आ काम हो जाए मेरा आ काम हो जाए मेरा आ काम हो जाए मैं खंड पाठ करावांगा एक हरमंदर साहब भी करावांगा एक हजूर साहब भी सचखंड हजूर साहब भी करावांगा एक फतेहगढ़ साहब करावांगा जदों काम हो गया कहिंदे जिमीदार दे मर गया सारे डंगर एक बलद रह गया पिछे ओ जिमीदार माफ करना गुरु की संगत ਕਹਿੰਦਾ ਉਹਦਾ ਇੱਕ ਨੌਕਰ ਸੀ ਕਹਿੰਦਾ ਕਾਕਾ ਜੀ ਆਪਣਾ ਨਾ ਬਲਦ ਵੱਜਿਆ ਨਾ ਤੇ ਆਪਾਂ ਨਾ 300 ਰੁਪਈਆ ਗੁਰੂ ਘਰ ਚੜਾ ਦਿਆਂਗੇ ਤੇ ਉਹਦੇ ਮੌਕੇ ਗੁਰੂ ਕਿਸੇ ਨੌਕਰ ਨੇ ਆਖਿਆ ਜੀ ਆਖਿਆ ਬਾਪੂ ਜਿਮੀਦਾਰ ਨੂੰ ਕਹਿੰਦਾ ਬਾਪੂ ਤੁਸੀਂ ਕਹਿੰਦੇ 300 ਰੁਪਈਆ ਚੜਾ ਦਿਆਂਗੇ ਆਪਣਾ ਤੇ ਬਲਦੀ ਸਾਰਾ 300 ਦਾ ਜਿਮੀਦਾਰ ਬੋਲਿਆ ਕਹਿੰਦਾ ਮੂੰਹ ਬੰਦ ਕਰ ਓਏ ਆਪਾਂ ਕਿਹੜੇ ਚੜਾਉਣੇ ਨੇ ਇਸੇ ਤੇ ਰੱਬ ਨਾਲ ਵੀ ਠੱਗੀਆਂ ਕਰਦੇ ਆ ਔਰ ਅਮੀਰਾਂ ਦੀ ਦੁਨੀਆਂ ਦੇ ਵਿੱਚ ਖਾਲਸਾ ਜੀ ਪੁੱਜਾ ਬਾਬੇ ਬਕਾਲੇ ਦੀ ਧਰਤੀ ਤੇ ਉੱਥੇ ਦੇ ਲੋਕਾਂ ਨੂੰ ਆਖਿਆ ਦੀ ਰਾਜਾ ਮਹਾਰਾਜਾ ਵਰਗੀ ਵਾਲੀ ਰਹਿਣੀ ਪੈਣੀ ਇੱਥੇ ਮਾਫ ਕਰਨਾ ਗੁਰੂ ਕੀ ਸੰਗਤ ਇੱਕ ਵਾਰੀ ਕਹਿ ਦਿਓ ਬਾਰ ਬਾਰ ਇੱਕ ਵਾਰੀ ਫੇਰ ਕਹਿ ਦਿਓ ਬਾਰ ਬਾਰ ਇੱਥੇ ਕਹਿੰਦੇ ਜੀ ਸੰਤਾਂ ਨੂੰ ਕਾਰਾਂ ਦੀ ਕੀ ਲੋੜ ਹੈ ਸੰਤਾਂ ਨਹੀਂ ਕਾਰਾਂ ਚੁਕਦੀਆਂ ਨੇ ਉਹ ਜਿਹੋ ਜਿਹੀ ਕਾਰ ਇਹਨਾਂ ਐਕਟਰਾਂ ਕੋਲ ਨੇ ਜਿਹੋ ਜਿਹੀ ਕਾਰਾਂ ਇਹਨਾਂ ਸੰਤਾਂ ਕੋਲ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਸਿੰਗਰਾਂ ਦੇ ਕੋਲ ਨੇ ਉਹ ਕੀ ਕਰਦੇ ਨੇ ਉਹ ਮਾਫ ਕਰਨਾ ਤੁਸੀਂ ਜਾਣਦੇ ਹੋ ਜਿਹੜੇ ਸਮਾਜ ਗੰਦਾ ਕਰਦੇ ਨੇ ਇਹੋ ਜਿਹੀਆਂ ਕਾਰਾਂ ਗੰਦੇ ਗਾਣੇ ਗਾ ਗਾ ਕੇ ਗੰਦੀਆਂ ਪਿਕਚਰਾਂ 'ਚ ਕੰਮ ਕਰ ਕਰਕੇ ਤੇ ਜਿਹੜੇ ਤੁਹਾਨੂੰ ਗੁਰੂ ਨਾਲ ਜੋੜਦੇ ਨੇ ਉਹਨਾਂ ਦੀਆਂ ਕਾਰਾਂ ਤੁਹਾਨੂੰ ਚੁਬਦੀਆਂ ਨੇ ਆ ਗੁਰੂ ਕਲਗੀਧਰ ਦਾ ਸਿੱਖ ਰਾਜ ਮੈਂ ਰਾਜ ਜੋਗ ਮੈਂ ਜੋਗੀ ਪਾਪ ਮੈਂ
बोल दियो जी तप में ग्रस्त में त्याहे त्याहे नानक तिलपुर का किने अंत न पाया किने अंत न पाया कई कहते ने जी अंदर नू चाती मारदे ने जिहड़े नाम नाल जुड़े अंदर नू चाती मारोगे ते कहंदे ने नाम नाल जुड़ोगे बाहर नू चाती जिहड़े मारदे ने माया नाल माफ करना एक बारी कह रहे हो बहरू बाहर नू माया कती करदे ने माया ओ माया की है सजना जिथे नाम आ गया उथे दुनिया दे सब सुख आ गया माया संत बाबा ईश्वर सिंह राले वाले दस्या करते कहंदा संत हो गया माया दे पिछे दौड़े मजा ते आदे दादा जे माया साध दे पिछे पिछे दौड़े माया साध दे पिछे पिछे दौड़े गुरु का सिख इत्थे दे अजी 5-7 मिनट अगे पिछे हो जाए ते ढोलकियां भी खड़क जांदियां ने चिमटे भी खड़क जांदे ने तबले भी माफ करो तुसीं मैथों ज्यादा जाणदे हो ਕੋਈ ਗਿਆ ਤੁਹਾਡੇ ਵਰਗਾ ਪ੍ਰੇਮੀ ਸੰਗਤ ਰੱਬ ਦੀ ਨਹੀਂ ਹੈ ਇੱਕ ਵਾਰੀ ਕਹਿ ਦਿਓ ਵਹਿਰੂ ਇਹ ਸਭ ਕੁਝ ਜਾਣਦੇ ਨੇ ਇੱਕ ਵਾਰੀ ਕਹਿ ਦਿਓ ਵਹਿਰੂ ਇਹ ਸਾਰੇ ਜਾਣਦੇ ਨੇ ਨਾ ਵੀ ਤੁਸੀਂ ਬੋਲੋਗੇ ਨਾ ਨਹੀਂ ਤਦ ਵੀ ਜਾਣਦੇ ਨੇ ਨਾ ਵੀ ਬੋਲੋਗੇ ਤਦ ਵੀ ਜਾਣਦੇ ਨੇ ਇਹ ਸਭ ਕੁਝ ਜਾਣਦੇ ਨੇ ਉਹ ਜਾ ਕੇ ਕਹਿੰਦਾ ਕਿਸੇ ਗਿਆ ਮਹਾਤਮਾ ਮੱਥਾ ਟੇਕਿਆ ਤੇ ਵੇਖਣਾ ਤੇ ਪਤਾ ਤੇ ਉਹ ਵੀ ਲੱਗਦਾ ਨਾ ਸਬਜ਼ੀ ਦਾ ਪਤਾ ਤੇ ਮੂੰਹ ਚ ਪਾ ਕੇ ਲੱਗਦਾ ਨਮਕ ਜ਼ਿਆਦਾ ਕਿ ਘੱਟ ਕਹਿ ਦਿਓ ਵਹਿਰੂ ਉਹ ਮਾਫ ਕਰਨਾ ਵੀ ਕਿਆ ਵੇਖਣ ਵਾਸਤੇ ਤੇ ਨਾ ਇੱਕ ਹਿੰਦੀ ਦੀ ਕਹਾਵਤ ਆ ਵੀ ਨਾ ਬੜੇ ਯਾਰ ਦਰਸ਼ਨ ਛੁੱਟੇ ਨਾ ਬੜੇ ਯਾਰ ਦਰਸ਼ਨ ਛੁੱਟੇ ਗਿਆ ਜੀ ਨਮਸਕਾਰ ਕੀਤੇ ਜੀ ਕਹਿੰਦਾ ਸੰਤ ਜੀ ਆਪਕਾ ਨਾਮ ਕਿਆ ਹੈ ਕਹਿੰਦਾ ਜੀ ਹਮਾਰਾ ਨਾਮ ਪਰਮ ਪੂਜਨੀਏ ਇਹ ਸ਼੍ਰੀ ਸੀਤਲ ਦਾਸ ਜੀ ਮਹਾਰਾਜ ਉਹ ਫਿਰ ਕਹਿੰਦਾ ਜੀ ਆਪਕਾ ਨਾਮ ਕਿਆ ਹੈ ਜੀ ਕਹਿੰਦਾ ਸੁਣਿਆ ਨਹੀਂ ਹਮਾਰਾ ਨਾਮ ਪਰਮ ਪੂਜਨੀ ਸ਼੍ਰੀ ਸੀਤਲ ਦਾਸ ਜੀ ਮਹਾਰਾਜ ਉਹ ਕਹਿੰਦਾ ਸੰਤ ਜੀ ਇੱਕ ਵਾਰੀ ਹੋਰ ਦੱਸਿਓ ਪੂਰਾ ਨਹੀਂ ਸਮਝਿਆ ਕਹਿੰਦਾ ਸਮਝਿਆ ਨਹੀਂ ਮੇਰਾ ਨਾਮ ਸੀਤਲ ਦਾਸ ਸੀਤਲ ਦਾਸ ਸੀਤਲ ਦਾਸ ਕਹਿੰਦਾ ਬਾਬਾ ਜੀ ਗੁੱਸਾ ਨਾ ਕਰਿਓ ਸੀਤਲ ਵਾਲੀ ਤਾਂ ਗੱਲ ਕੋਈ ਨਹੀਂ ਇੱਥੇ ਭਾਂਬੜ ਮੱਚੇ ਪਏ ਨੇ ਇੱਥੇ ਭਾਂਬੜ ਮੱਚੇ ਪਏ ਨੇ ਪਰ ਇਹ ਗੱਲਾਂ ਬਾਬਾ ਮਹਿੰਦਰ ਸਿੰਘ ਦਾ ਜੀਵਨ 'ਚ ਨਹੀਂ ਸਮਝਦਾ ਗੱਜ ਵੱਜ ਕੇ ਪੜ੍ਹਨਾ ਕਿਤੇ ਰਹਿ ਨਾ ਜਾਵੇ ਫਰੀਦਾ ਮਿੱਠਾ ਬੋਲਣ ਨਿਭ ਚੱਲਣ ਹੱਥੋਂ ਪਈ ਕਿਸ ਦੇ ਰੱਬ ਤਿੰਨਾਂ ਦੀ ਬੁਕਲੀ ਬੋਹਰ ਬੋਹਰ ਕਿਆ ਟੰਡੇ ਜਿਹੜੇ ਉਹਨਾਂ ਨੇ ਸ਼ਰਧਾਲੂ ਨੇ ਜਿਹਨਾਂ ਨੇ ਇਹਨਾਂ ਨੇ ਸੰਗਤ ਕੀਤੀ ਸੰਤ ਬਾਬਾ ਮਹਿੰਦਰ ਸਿੰਘ ਨੂੰ ਗੁੱਸਾ ਕਦੀ ਆਉਂਦਾ ਹੀ ਨਹੀਂ ਸੀ ਖਾਲਸਾ ਇੱਕ ਵਾਰੀ ਕਹਿ ਦਿਓ ਵਹਿਰੂ ਤੇ ਸੰਗਤਾਂ ਬੱਲੇ ਬੱਲੇ ਮਾਫ਼ ਕਰਨ ਕਈ ਕਹਿੰਦੇ ਸੰਤ ਢੋਲਕੀਆਂ ਦੇ ਚਮਟੇ ਲੈ ਕੇ ਤੁਰ ਪੈਂਦੇ ਮੈਂ ਕਿਹਾ ਫੇਰ ਉਹ ਬਾਬਾ ਜੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਇੱਕ ਵਾਰੀ ਕਹਿ ਦਿਓ ਵਹਿਰੂ ਪਰ ਦੱਸਣੀ ਪਊਗੀ ਨਾ ਢੋਲਕੀਆਂ ਚਮਟੇ ਲੈ ਕੇ ਤੁਰ ਪੈਂਦੇ ਨੇ ਮਾਫ਼ ਕਰਨੇ ਕੱਚੀ ਬਾਣੀ ਪੜ੍ਹਦੇ ਮੈਂ ਉਹ ਕਿਸੇ ਦਾ ਕੱਚਾ ਪਿਓ ਕਿਸੇ ਦਾ ਪੱਕਾ ਪਿਓ ਕਿਹਦੀ ਕੱਚੀ ਦਾਦੀ ਕਿਹਦੀ ਕੱਚੀ ਨਾਨੀ ਹੈ ਕਿਤੇ ਉਹ ਖਾਲਸਾ ਜੀ ਸੰਤ ਪੜ ਬਾਣੀ ਦੇ ਅਰਥ ਕਰ ਕਰਕੇ ਸਮਝਾਉਂਦੇ ਨੇ ਬਾਣੀ ਦੇ ਅਰਥ ਕਰ ਕਰਕੇ ਸਮਝਾਉਂਦੇ ਨੇ ਤਾਂ ਕਿ ਸੰਗਤਾਂ ਦੇ ਪੱਲੇ ਪਵੇ ਮੁਕਣੀ ਗੜ ਕੇ ਗੁਰੂ ਕੀ ਸੰਗਤ ਕਹਿੰਦੇ ਨੇ ਸੰਤ ਤੇ ਢੋਲਕੀਆਂ ਬਾਜੇ ਫੜ ਫੜ ਕੇ ਤੁਰ ਪੈਂਦੇ ਨੇ ਮੈਂ ਕਿਹਾ ਦੱਸ ਇੱਕ ਗੱਲ ਅੱਜ ਬਾਅਦ ਲੈ ਕੇ ਜਾਈ ਗੁਰੂ ਨਾਨਕ ਸਾਹਿਬ ਦੇ ਨਾਲ ਤਬਲਾ ਵੱਜਿਆ ਸੀ ਤੁਸੀਂ ਬੋਲਦੇ ਨਹੀਂ ਉਹ ਵੱਜਿਆ ਤਬਲਾ ਬਾਬੇ ਨਾਨਕ ਦਾ ਬਾਜਾ ਵੱਜਿਆ ਬਾਬੇ ਨਾਨਕ ਦਾ ਢੋਲਕੀ ਵੱਜੀ ਉਹ ਤੁਸੀਂ ਬੋਲਦੇ ਕੀ ਹੋ ਤੁਹਾਨੂੰ ਉਹ ਕੀ ਕਿਹਾ ਬਾਬੇ ਨਾਨਕ ਦੇ ਨਾਲ ਕਿਧਰੇ ਮਾਫ ਕਰਨਾ ਖਾਲਸਾ ਜੀ ਵਾਜਾ ਵੱਜਿਆ ਜਾਂ ਸਰੰਗੀ ਵੱਜੀ ਜਾਂ ਕੋਈ ਸਾਜ ਹੋ ਸਕ ਹੋਰ ਵੱਜਿਆ ਉਹ ਸਦਾ ਖੁਸ਼ ਰਹਿੰਦਾ ਸੀ ਮਰਾਸ਼ੀ ਦੇ ਰਬਾਬ ਉੱਤੇ ਅਮਰਦਾਨੀਆ ਯਾਰਾ ਜਦ ਤੂੰ ਕੀਰਤਨ ਕਰਦਾ ਨਾ ਮੇਰੀਆਂ ਨਿਰੰਕਾਰਾਂ ਜੱਫੀਆਂ ਪੈ ਜਾਂਦੀਆਂ ਨੇ ਕਹਿ ਦਿਓ ਜਦ ਤੂੰ ਕੀਰਤਨ ਕਰਦਾ ਮੇਰੀਆਂ ਨਿਰੰਕਾਰਾਂ ਜੱਫੀਆਂ ਪੈ ਜਾਂਦੀਆਂ ਨੇ ਸਮਾਂ ਥੋੜਾ ਹੈ ਜੀ ਮੈਂ ਸਮਾਂ ਲੱਗ ਵੀ ਜਾਂਦਾ ਪਰਦਾਸ ਕੋਸ਼ਿਸ਼ ਕਰੇਗਾ ਕਿ ਸਮੇਂ ਨੂੰ ਟਾਈਮ ਦੀ ਸਮਾਪਤੀ ਕੀਤੀ ਜਾਵੇ ਬਾਬਾ ਜੀ ਨੇ ਜਦ ਕੀਰਤਨ ਸ਼ੁਰੂ ਕਰਨਾ ਸੀ ਵਿਚਾਰ ਤੇ ਬਹੁਤ ਲੰਬੀ ਚੌੜੀ ਹੈ ਝੰਡੇ ਬਾਢੀ ਦੇ ਕੋਲ ਰੁਪਾ ਮੰਗਾਉਣੀ ਇਹਨੇ ਕਿਹਾ ਪੈਸੇ ਕਹਿੰਦੇ ਪੈਸੇ ਬੇਬੇ ਨਾਨਕੀ ਤੂੰ ਲੈ ਲਈ ਜਦੋਂ ਮਰਦਾਨੇ ਕਈ ਕਹਿੰਦੇ ਅਨਪੜ੍ਹ ਸਾਧਾਂ ਨੂੰ ਕੀ ਪਤਾ ਉਹ ਧੰਨਾ ਕਿਹੜੀ ਯੂਨੀਵਰਸਿਟੀ ਚ ਪੜਿਆ ਸੀ ਜੱਟ ਨੇ ਨੱਕੇ ਛਿੜਾਤੇ ਨੇ ਫੜ ਕੇ ਪਰਮੇਸ਼ਰ ਕੋਲੋਂ ਇੱਕ ਵਾਰੀ ਕਹਿ ਦਿਓ ਵੈਰੂ ਬੋਲਦੇ ਕਿਉਂ ਨਹੀਂ ਜੱਟ ਨੇ ਮੱਝਾਂ ਜੱਟ ਦੀਆਂ ਮੱਝਾਂ ਚਾਰੀਆਂ ਪਰਮੇਸ਼ਰ ਨੇ
ਗਊਆਂ ਵਿਚਾਰੀਆਂ ਇੱਕ ਵਾਰੀ ਕਹਿ ਦੇ ਮਹਿਰੂ ਕਹਿੰਦਾ ਹੁਣ ਨਾਮਦੇਵ ਕਿਹਨੇ ਕਿਹੜੀ ਪੀਐਚਡੀ ਕੀਤੀ ਸੀ माफ करना गुरु की संगत जी छपरी बनाती परमेश्वर ने संत संत भगत रविदास वर्गे भगत भगत जग बजे चौं चक्का विच चमरेटा पाणा गंडे राम विच ओ भगत नाम भगत रविदास जी वर्गे बल्ले 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 ओ जड़ी गंगा दे जाके सारा हिंदू जग जग बहुत दुनिया के लोग इनान करते गंगा का भगत रविदास जी की सिर के थले वसदी है खालसा जी एक बार कह रहे माफ करना गुरु की संगत जरा ध्यान देना पवेगा मरदाने ने कितों कितों पीएचडी म्यूजिक की पीएचडी की जो मरदाना रबाब लैके आया ना तो बाबा जी कहते मरदानिया रबाब बजा मरदाना आंदा बाबा जी मैंने तो बजाउनी नहीं आउंदी ਕਹਿੰਦਾ ਮਰਦਾਨਿਆਂ ਬਜਾ ਮਰਦਾਨਿਆਂ ਰਬਾਬ ਤੂੰ ਬਜਾ ਜੂ ਬੁਲਾਵੇਂ ਤੂੰ ਬੋਲਾ ਸਵਾਮੀ ਜੈ ਭੇਜੇ ਤੈ ਹਾਂਜੀ ਜੈ ਭੇਜੇ ਤੈ ਜਾਵਾਂ ਤੇ ਮਰਦਾਨਾ ਨਾ ਬਾਬਾ ਜੀ ਕਹਿੰਦੇ ਤਾਰ ਤੇ ਹੱਥ ਰੱਖੋ ਤਾਰ ਤੇ ਹੱਥ ਰੱਖੋ ਜਦੋਂ ਮਰਦਾਨੇ ਨੇ ਤਾਰ ਤੇ ਹੱਥ ਰੱਖਿਆ ਦੇ ਵਿੱਚੋਂ ਆਵਾਜ਼ ਨਿਕਲੀ ਕਹਿੰਦਾ ਹੀ ਬਾਬਾ ਇਹ ਤਾਂ ਬੋਲਦੀ ਹੈ ਮਰਦਾਨਾ ਕਹਿੰਦਾ ਮਾਰ ਕੇ ਮਰਦਾਨਿਆ ਕੀ ਬੋਲਦੀ ਹੈ ਕਹਿੰਦਾ ਮਰਦਾਨਾ ਕਹਿੰਦਾ ਮਾਰ ਇਹ ਤਾਂ ਬੋਲਦੀ ਹੈ ਤਾਂ ਤੇਰਾ ਨਾਂ ਲੈਂਦੀ ਹੈ ਕਹਿੰਦਾ ਬਾਬਾ ਗੁਰੂ ਜੀ ਕਹਿੰਦਾ ਇੱਕ ਮਰਦਾਨਿਆ ਕੀ ਕਹਿੰਦੀ ਕਹਿੰਦਾ ਬਾਬਾ ਜੀ ਕਹਿੰਦੀ ਹੈ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜਦੋਂ ਤੱਕ ਦੁਨੀਆ ਰਹੇਗੀ ਸੰਸਾਰ ਰਹੇਗਾ ਆ ਪਿੰਡ ਤੁਹਾਡੇ ਤੁਹਾਨੂੰ ਮਾਜਰਾ ਆਉਣ ਵਾਲੀਆਂ ਪੀੜ੍ਹੀਆਂ ਆਉਣਗੀਆਂ ਇੱਥੋਂ ਜਾਣਗੀਆਂ ਵੀ ਬਾਬਾ ਮਨਜਿੰਦਰ ਸਿੰਘ ਦਾ ਨਾਂ ਸੁਨਹਿਰੀ ਅੱਖਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਲਿਖਿਆ ਜਾਏਗਾ
नाम रहे हो साधु रहे हो। एक मैनू कहिंदा कहिंदा जी संत तो कोई होया ही नहीं, गुरु साहब तो बाद कोई ना कोई संत नहीं होया। मैं कहा ठीक 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 ठीक, भूमिए चोर तो बाद कोई चोर नहीं होया, तुसीं बोलदे नहीं हां जी, सज्जन ठग तो बाद कोई ठग नहीं होया, कौडे राक्षस तो बाद कोई राक्षस नहीं होया। माफ करना गुरु की संगत, दसवें पातशाह कहते ने यही यही काज तरा हम जन्म जान लियो। साधु सब साधु शब्द सिख नु के, संत शब्द सिख नु के। एक पासे गुरु रामदास जी कहते जो सास गिरास ध्याए मेरा हर हर, सो गुर सिख गुरु मन भावे। सा अंदर जांदा तां ते सा बाहर आउंदा तां, जिहदा सा सा ना जिहनूं परमेश्वर दा नाम जित आउंदा ना ओह सिख गुरु दे मन नूं भाउंदा है। ते संत जिन्ना सास गिरास न विसरै हर नामा मन मंदा, धन सोई नानका पूर्ण सोई संत। सा अंदर जांदा तां सा बाहर आंदा तां, जिन्हों स्वास स्वास परमेश्वर का नाम नहीं विसरदा ओदा नाम गुरु की संगत ओनू संत गया नू संत। तुसी संत बन जाओ जी सारे संत, कोई खेती करने वाला संत हो सकता है। बाबा जी मिसाल थोड़े सामने एक बारी कह दो, माफ करना खेती करने वाला संत हो सकता है, कोई पढ़ने वाला संत हो सकता है, कोई नौकरी करने वाला संत हो सकता है, कोई मजदूरी करने वाला संत हो सकता है, कोई टोकरी ढोण वाला संत हो सकता है, कोई खालसा जी माफ करना गुरु कृष्ण संत मांगीदा है। बादशाह कहते जिन्ना सास गिरास न विसरै, जिन्हों सास सा दे नाल परमेश्वर का नाम नहीं विसरदा ओनू संत क्या संत। जिन्ना सास गिरास न विसरै हर नामा मन मंत, माफ करना गुरु की संगत। ते बाबा महेंद्र सिंह जी जिन्हां दी याद मना रहे मां मां संगतां दसदियां, संगतां लोग दसदे ने इलाके दे कि बाबा महेंद्र सिंह कदी गुस्सा नहीं सी आउंदा। एक वारी कह रहे बैर, एक वारी फिर कह रहे बैर, कदे गुस्सा नहीं सी आउंदा। ते संगतां ने मेले लगे रहिंदे सन, संत बाबा अजीत सिंह नथमलपुर वाले, संत बाबा अजीत सिंह सिंपली साहब वाले, माफ करना हंसाली साहब वाले, हंसाली साहब वाले आपस मिले मिले रहिंदे सन, मिलते सन चौबी घंटे मिलते सन, एक दूजे नूं मिलते सन। एक गल्लां ते उहनां दे लागू ने जिहड़े कहिंदे ने आए गुर आए मिल गुर सिख आए मिल, आए मिल गुर सिख आए मिल। बोलो बोलो आए मिल गुर सिख आए मिल, आए मिल गुर सिख आए मिल। तू मेरे गुर के प्यारे जिन्ना डसंदड़ियां दुरमत मंजै, सारे पुण जिन्ना डसंदड़ियां दुरमत मंजै, मित्र असाडे सही ओट डंडी जग सुभाया, जन नानक बिरले कही। एक समय दिया माफ करना महान ब्रह्म ज्ञानी हस्तियां संत बाबा जीत सिंह नथमलपुर वाले, संत बाबा गुरु की संगत अजीत सिंह हंसाली वाले, ते संत बाबा महेंद्र सिंह जी तुहाडे ध्यान मांजरे वाले। रब उन्हां दी बुकल विच वसदा ते जिहड़े मिठे बोल बोलदे, उन्हां दी बुकल विच वसदा जिहड़े मिठे बोल बोलदे।
कलगीधर पातशाह फरमाउंदे ने जही काज धरा हम जन्म जान लियो साधु सब मनमंग संत उभारन दुष्ट बधारन। कहिंदा मेरी मेरा अवतार संतां दी राखी लई संतां नूं माफ करना गुरु की संगत संसार दे विच इन्हां दी रख्या लई ते दुष्टां दा नाश करन वास्ते मेरा अवतार होया। आ जिहड़े कह दिंदे ने कि माफ करना संतां नूं ना मन लो, असीं ते मनणा बई, असीं ते ग्रंथी ग्रंथी सिंघां नूं वी मनणा। माता प्रकाश कौन करेगा, बोलदे क्यों नहीं, उह कहिंदा मां कौन सुणाएगा, अरदास कौन करेगा, माफ करना असीं ते वेख के कह दिंदे आ ग्रंथी सिंह जी कड़ा खा खा के मोटा हो गया। इहो जिहे योग शब्द वरतदे आ असीं, योग शब्द माफ करना कड़ा खा के और मक्की दे टांडे खावे। जदों उहने गुरु घर की करनी सेवा ते मुकदी गल कि गुरु किसे होर की खावेगा, दसो तुसीं दस दिओ। और आपां रागियां नूं वी मनना, सानूं कीर्तन कौन सुणावेगा, ढाडियां नूं वी मनना, गुरु घर का जस कौन सुनाऊगा, कवियां कविशरां सारिआं नूं मनना। मुकरी करके ते जिथे आपां सारिआं नूं मनना, ते आपां फिर संतां नूं वी मनना। संतां इक वारी कह दिओ, फिर बाणी दे कहिंदी संत जना मिल हर जस गायो, कोट जन्म के जो चाहत सोई मन माफ करना। मक्खन शाह दा बकाले दी धरती दा पुजना, गुरु के संगत माफ करना। मक्खन शाह ने कहा इत्थे कोई गुरु है, एक बारी कह दिओ वाहिगुरु। ओहदी रहणी बहणी वेख के मक्खन शाह दी बकाले पिंड दे लोकां ने आखिया, शाह जी इत्थे गुरुआं दा घाटा, बल्ले बल्ले जिन्नियां पत्तियां ते ओने ही गुरु के, जिन्नियां पत्तियां ही ओने गुरु, तुसीं किन्नू मिलना। पर मक्खन शाह ने कहा मैं सच्चे गुरु नूं मिलना, सच्चे गुरु। एक बारी कह दिओ वाहिगुरु। मैं कहनू भुल ना जावां, दास कह तू भुल ना जावे, बाबा जी दा धन है ही। अगे उहनां दे बेटे हरनेक सिंह होरी मास्टर जी, वह भी धन ने, जिहड़े अपने बजुर्गां दे ना पाए पूरनिआं ते चल रहे ने, और चलना भी चाहिए। पिता भरपूत नस्ल पर घोड़ा बहुता नहीं ते थोड़ा थोड़ा, चलना भी चाहिए। माफ करना मक्खन शाह ने आख्या जी मैं सच्चे गुरु नूं मिलना। उन्हें आख्या जी शाह जी ये साढ़े कोई मीटर नहीं हैगा जिहड़ा असीं ला के देखिया होवे सच्चा ते झूठा, पर ध्यान देना पवेगा सजणा। इत्थे ना एवें टाइम खराब करके चले जाने जाने, ये करदे वो करदे, और गुरु दे सिखा गुरु की गल करिया करो ते गुरु की गल सुनिया करो। एक बारी कह दिओ वाहिगुरु, एक बारी फिर कह दिओ वाहिगुरु। गुरु की गल करिया करो ते गुरु की गल सुनिया करो। संत बाबा महिंदर सिंह जी ने डूरिंग द पीरियड ऑफ हिज लाइफ, अपनी जिंदगी दे सारे जीवन दे विच संतां नूं गुरु ग्रंथ साहिब दे चरणां नाल जोड़िया, पास सिखाए,
कीर्तन भी किए माफ करना गुरु की संगत अज संतां दी याद बैठे हैं संतां दी बरसी मना रहे याद मना रहे याद मक्खन शाह ने आख्या मैं सच्चे गुरु नूं मिलना हुंदा आख्या जी सच्चे सच्चा केड़ा ते झूठा केड़ा है शाह जी असीं ते कोई मीटर ला के नहीं वेख्या मक्खन शाह ने आख्या भी जाओ उहनां गुरुआं नूं कह दिओ जाके कि कोई सदागर अपने अपनी सुखना उतारन वास्ते आया है दसना कीता पहुंचा विच बकाले दे मोढे दे विच सासां दी पिठ पिछे उहने सोने दीआं मोहरां दी खुरजी पाई हुई है लटकाई हुई है पहुंचा विच बकाले दे मैं सुखना आवां ला कहिंदा उत्थे बाई गुरु आण बैठे चिट्टे खेस विच शाह अगे खेस हुंदे सन अजकल तां पूरा कंबल आ गए पता नहीं की कुछ आ गया ब्लैंकट आ गए ओ बाई गुरु बल्ले 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 साडे भेवे दे विच लोकी गदया करन जांदे ने इत्थे इत्थे जिहड़े लोक जांदे ने उत्थे कहिंदे गदया करन चले आ ਅਸੀਂ ਤਾਂ ਡਰਦੇ ਮਾਰੇ ਉਹਨਾਂ ਦੇ ਮੱਝਾਂ ਨੂੰ ਨਹਾ ਦੇ ਕੇ ਤੇ ਦੁੱਧ ਹੀ ਨਾ ਸੁੱਕ ਜੇ ਉਹ ਪਾਣੀ ਇਹਨਾਂ ਗੰਦਾ ਉੱਥੇ ਦਾ ਇੱਕ ਵਾਰੀ ਕਹਿ ਦਿਓ ਨਾ ਉਹ ਮੋਤੂ ਮੁਖ ਮੁਕਤੀ ਲੈਣ ਚੱਲੇ ਆ ਸੀ ਕਿ ਮੁਕਤੀ ਮੈਂ ਲੈ ਲਿਓ ਜੀ ਮਾਫ਼ ਕਰਨਾ ਗੁਰੂ ਕੀ ਸੰਗਤ ਹੁਣ ਉਹ ਕਹਿੰਦੇ ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ ਉਹਦਾ ਰੋਟੀਆਂ ਕਰਨ ਪੂਰੇ ਤਾਲ ਆ ਪਛਾੜੇ ਧਰਤੀ ਨਾਲ ਸ਼ਾਹ ਨੇ ਸੋਚਿਆ ਵੀ ਬਾਈ ਬੈਠੇ ਨੇ ਬੇੜਾ ਇੱਕ ਨੇ ਬੰਨੇ ਲਾਇਆ ਤੇ ਬਾਈ ਬਹਿ ਗਏ ਕਿਸੇ ਮਾਈ ਨੇ ਸ਼ਰਾਧਾਂ ਦੇ ਦਿਨ ਸੀ ਤੇ ਬੰਦੇ ਸੱਦ ਲਏ ਤਿੰਨ ਬਾਬਾ ਇੱਕ ਸੱਦ ਲਿਆ ਬਲਾ ਦੇ ਲਏ ਉਹਨੇ ਇੱਕ ਸੱਦ ਲਿਆ ਗੁਰੂ ਘਰ ਦਾ ਗ੍ਰੰਥੀ ਸਿੰਘ ਭਾਈ ਜੀ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਇੱਕ ਸੱਦ ਲਿਆ ਬਾਹਮਣ ਮੰਦਿਰ ਦਾ ਤੇ ਦੂਜੇ ਨੰਬਰ ਤੇ ਨਾ ਇੱਕ ਮੀਆਂ ਸੱਦ ਲਿਆ ਮਸਜਿਦ ਦਾ ਸ਼ਰਾਧਾਂ ਦੇ ਦਿਨ ਸੀ ਕਹਿਣ ਉਹ ਕਹਿਣ ਲੱਗੇ ਮੈਂ ਤਾਂ ਸਿਆਪਾ ਹੀ ਖੜਾ ਕਰ ਲਿਆ ਜੇ ਸਤਿਕਾਰ ਕੀਤਾ ਪਹਿਲਾਂ ਭਾਈ ਜੀ ਦਾ ਤੇ ਬਾਹਮਣ ਤੇ ਮੀਆਂ ਜੀ ਨਾਰਾਜ਼ ਹੋ ਜਾਣਗੇ ਜੇ ਪੰਡਿਤ ਜੀ ਦਾ ਸਤਿਕਾਰ ਕੀਤਾ ਤੇ ਭਾਈ ਜੀ ਤੇ ਮੀਆਂ ਜੀ ਨਾਰਾਜ਼ ਹੋ ਜਾਣਗੇ ਜੇ ਮੀਆਂ ਜੀ ਦਾ ਨਾਰਾਜ਼ ਕੀਤਾ ਤੇ ਪਹਿਲੇ ਦੋ ਨਾਰਾਜ਼ ਹੁੰਦੇ ਨੇ ਉਹ ਮਾਈ ਸੀ ਬੜੀ ਚਲਾਕ ਮਾਫ਼ ਕਰਨ ਨੇ ਲੈ ਕੇ ਨੇ ਉਹ ਕੋਈ ਦਸ ਦਸ ਮੀਟਰ ਕੱਪੜਾ ਦੇ ਉਹਦੇ ਰੱਖ ਕੇ ਨਾ ਕੋਈ ਪੰਜ ਪੰਜ ਦਸ ਦਸ ਰੁਪਈਏ ਇਕਦਮ ਰੱਖ ਕੇ ਕਹਿੰਦੀ ਰਾਮ ਰਾਮ ਬਾਹਮਣਾ ਸਲਾਮ ਮੀਆਂ ਜੀ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਾਫ਼ ਕਰਨ ਨੂੰ ਤਿੰਨੇ ਭਗਤਾਂ ਤੇ ਜੀ ਇਕੱਠੇ ਹੁਣ ਮੱਖਣ ਸ਼ਾਹ ਨੇ ਸੋਚਿਆ ਵੀ ਜਹਾਜ਼ ਸੀ ਉਹ ਕੋਈ ਗੱਡਾ ਵੀ ਮੋੜਨਾ ਪਵੇ ਨਾ ਪਿੰਡਾਂ ਚ ਕਿ ਜਾਣਦੇ ਭਰਾਵੋ ਤੇ ਮੁੰਡੇ ਨੂੰ ਆਵਾਜ਼ ਮਾਰਿਆ ਕਾਕਾ ਤੂੰ ਇੱਕ ਪਾਸੇ ਆ ਥੋੜਾ ਜਿਹਾ ਜ਼ੋਰ ਨਾਲ ਗੱਡਾ ਮੋੜਨਾ ਦੂਜੇ ਬੰਦੇ ਨਾਲ ਲਾਉਣਾ ਪੈਂਦਾ ਮੱਖਣ ਸ਼ਾਹ ਨੇ ਸੋਚਿਆ ਜਹਾਜ਼ ਸੀ ਸ਼ਾਇਦ ਨਾ ਬਾਈਆਂ ਨੂੰ ਇਕੱਠਾ ਹੀ ਹੋਰ ਲਾਉਣਾ ਪਿਆ ਹੋਵੇ ਮਾਫ਼ ਕਰਨਾ ਫਿਰ ਵੀ ਉਹਨੇ ਦੇਖਿਆ ਕੋਈ ਗੱਲ ਨਹੀਂ ਬਾਈ ਇਹਨੂੰ ਆਪਾਂ ਜਮਾ ਲੈਂਦੇ ਹਾਂ ਆਪਾਂ ਜਮਾ ਲੈਂਦੇ ਹਾਂ ਵੇਖ ਲੈਂਦੇ ਹਾਂ ਜਿਹੜੇ ਗੁਰੂ ਨੇ ਬੇੜਾ ਬੰਨੇ ਲਾਇਆ ਉਹ ਦੱਸ ਤੇ ਸਕਦਾ ਹੀ ਹੈ ਨਾ ਪੰਜ ਸੌ ਸੁੱਖੀਆਂ ਸੀ ਉਹਨੇ ਕੀ ਕੀਤਾ ਇਕੱਲੇ ਇਕੱਲੇ ਗੁਰੂ ਦੇ ਅੱਗੇ ਪੰਜ ਪੰਜ ਸਾਕੇ ਨੇ ਸੋਨੇ ਦੀਆਂ ਮੋਹਰਾਂ ਦੇ ਮੱਥਾ ਟੇਕਿਆ ਕੋਈ ਕਹਿੰਦਾ ਸ਼ਾਹ ਜੀ ਤੁਹਾਡਾ ਦਿਨ ਦੁੱਗਣਾ ਰਾਤ ਚੌਗਣਾ ਕਾਰੋਬਾਰ ਵਧੇ ਕੋਈ ਕਹਿੰਦਾ ਸ਼ਾਹ ਜੀ ਅੱਠ ਗੁਣਾ ਕੋਈ ਕਹਿੰਦਾ ਸੌ ਗੁਣਾ ਕੋਈ ਕਹਿੰਦਾ ਚੜ੍ਹਦੀ ਕਲਾ ਰਹੇ ਢਹਿੰਦੀ ਕਲਾ ਹੋਵੇ ਹੀ ਨਹੀਂ ਮੱਖਣ ਸ਼ਾਹ ਜੀ ਸਾਰਿਆਂ ਨੂੰ ਮਿਲ ਕੇ ਇਹ ਜੇ ਸੰਤਾਂ ਦੀ ਯਾਦ ਚ ਬੈਠੇ ਨਾ ਤੁਸੀਂ ਸੱਚੀ ਗੱਲ ਹੈ ਇੱਕ ਵਾਰੀ ਕਹਿ ਦਿਓ ਵਹਿਰੂ ਅਸੀਂ ਬਹੁਤ ਮਹਿਸੂਸ ਕਰਦੇ ਹਾਂ ਕਿਸੇ ਸਮੇਂ ਭਾਵੇਂ ਕਿ ਡਿਊਟੀ ਮਹਾਂਪੁਰਖਾਂ ਨੇ ਲਾਈ ਹੈ ਬਹਿਣਾ ਨਹੀਂ ਗੁਰਮਤ ਦਾ ਪ੍ਰਚਾਰ ਕਰਨਾ ਪਰ ਫਿਰ ਵੀ ਸਮਾਂ ਰਾਤ ਦੇ ਸਮੇਂ ਬਹੁਤ ਸਮਾਂ ਕੱਢਣਾ ਪੈਂਦਾ ਰਾਤ ਦੇ ਸਮੇਂ ਜੇ ਟਰੱਕ ਵਾਲੇ ਚੱਲਦੇ ਨੇ ਤੇ ਫਿਰ ਜਾਂ ਭੇਵੇ ਵਾਲੇ ਚੱਲਦੇ ਨੇ ਸਾਨੂੰ ਬੰਦਾ ਬੰਦਾ ਕੋਈ ਰਾਤ ਨੂੰ ਮਿਲਦਾ ਸਵੇਰੇ ਅਸੀਂ 6 ਵਜੇ ਤੁਰ ਪੈਂਦੇ ਹਾਂ ਤੇ ਰਾਤ ਨੂੰ 12-1 ਵਜੇ ਤੱਕ ਅਸੀਂ ਚਲਾ ਚੱਲ ਚਲਾ ਚੱਲ ਚਲਾ ਚੱਲ ਮੁੱਕਰੀ ਗੱਲ ਕਿ ਗੁਰੂ ਕੇ ਸਿੰਘ ਨੇ ਮੱਖਣ ਸ਼ਾਹ ਨੇ ਅਰੇ ਮਹਾਂਪੁਰਖਾਂ ਦੀ ਯਾਦ ਬੈਠੇ ਯਾਦ ਮਨਾ ਰਹੇ ਇਹ ਉਹ ਮਹਾਂਪੁਰਖ ਸਨ ਜਿਹੜੇ ਅੱਠੋ ਪੈਰ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਰਹੇ ਅਗਮ ਅਗਾਧ ਪਾਰ ਬ੍ਰਹਮ ਸੋਏ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ
सुन मीता नानक बनवंता नानक साध जना की अचरज कथा साध जना की अचरज कथा जड़े अठो पैर नंकार दे चरण ले जुड़े रहे मक्खन शाह दे मन च शंका पैदा हो गया ओह लगता मंजिल ते पहुंचिया नहीं एक बारी कह दे बहरू जिथे पुजना चाहिदा सी उथे पहुंचिया नहीं बाबे बकाले दी धरती तो बाहर आया बकाले पिंड दी धरती तो बाहर आया बाहर खेतां विच माफ करना चला गाह विच पिंडां ने 10 साल 15 साल 13 साल दी उम्र दे बच्चे ना को मजा गुआ चार ने जिन्हों सी पाली कहने हैं बाकी भी कह देने हैं छेड़ू भी कह देने हैं मक्खन शाह ने उन्हें बच्चों ने अपने कोल बुलाया क्या काका मेरी गल सुनियो उन्हें कहा दसो शाह जी की कहना चाहते हो बाबा मक्खन शाह ने आख्या इत्थे कोई गुरु है उन्हें कहा शाह जी तुहानू कोई गुरु नहीं मिलिया तुहानू कोई गुरु नहीं मिलिया इत्थे गुरुआं दा घाटा साडा ते शहर ही सोना गुरुआं दा वजदा है बड़े बड़े आए ने खालसा जी बाई मजियां लाउण वाले बड़े बड़े आए ने गुरु घर दी बराबरता करन वाले बड़े बड़े आए ने पर ओने चिर ही आए ने जिहड़े तारे ओने चिर ही चमकदे ने जिन्ने चिर सूरज नहीं निकलिया ते जदों सूरज निकल पवे तुसीं बोलदे क्यों तारे कित्थे जांदे ने ओ दसो ते सही को जाओ एवें ना घबराया करो ਅੱਜ ਵੱਜਦਾ ਭਾਵੇਂ ਕੱਲ ਵੱਜਦਾ ਭਾਵੇਂ ਪਰਸੋਂ ਵੱਜਦਾ ਡੰਕਾ ਗੁਰੂ ਨਾਨਕ ਦਾ ਹੀ ਵੱਜਣਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਡੰਕਾ ਗੁਰੂ ਨਾਨਕ ਦਾ ਵੱਜਣਾ ਤੋ ਮੁਕਰੀ ਗੱਲ ਕਿ ਗੁਰੂ ਕੀ ਸੰਗਤ ਉਹਨਾਂ ਨੇ ਆਖਿਆ ਸ਼ਾਹ ਜੀ ਕੋਈ ਗੁਰੂ ਨੂੰ ਮਿਲਿਆ ਮੱਖਣ ਸ਼ਾਹ ਨੇ ਆਖਿਆ ਗੁਰੂ ਤਾਂ ਬੜੇ ਮਿਲੇ ਨੇ ਪਰ ਮੈਨੂੰ ਜਿਹੜਾ ਗੁਰੂ ਚਾਹੀਦਾ ਮੈਨੂੰ ਉਹ ਗੁਰੂ ਨਹੀਂ ਮਿਲੇ ਉਹ ਗੁਰੂ ਨਹੀਂ ਮਿਲਿਆ ਆਖਿਆ ਸ਼ਾਹ ਜੀ ਇੱਥੇ ਹੋਰ ਤਾਂ ਕੋਈ ਗੁਰੂ ਨਹੀਂ ਸੱਚ ਨੂੰ ਪਬਲਿਸਿਟੀ ਦੀ ਕੋਈ ਲੋੜ ਨਹੀਂ ਇੱਕ ਵਾਰੀ ਕਹਿ ਦੇ ਬਾਹਰ ਸੂਰਜ ਨੂੰ ਕਹਿਣ ਦੀ ਲੋੜ ਨਹੀਂ ਕਿ ਮੈਂ ਨਿਕਲ ਪਿਆ ਸੂਰਜ ਨਿਕਲ ਪਿਆ ਲੋਕੀ ਕਹਿੰਦੇ ਨੇ ਦਿਨ ਨਿਕਲ ਗਿਆ ਰਾਤ ਨੂੰ ਕਹਿਣ ਦੀ ਲੋੜ ਨਹੀਂ ਕਿ ਮੈਂ ਪੈ ਗਈ ਫੁੱਲ ਨੂੰ ਕਹਿਣ ਦੀ ਲੋੜ ਨਹੀਂ ਕਿ ਮੇਰੇ 'ਚ ਬੜੀ ਸੁਗੰਧੀ ਆ ਜੀਵਨ ਵਾਲੇ ਬੰਦੇ ਨੂੰ ਕਹਿਣ ਦੀ ਲੋੜ ਨਹੀਂ ਕਿ ਮੇਰਾ ਜੀਵਨ ਬੜਾ ਉੱਚਾ ਖਾਲਸਾ ਜੀ ਦੁਨੀਆਂ ਦੇ ਲੋਕੀ ਆਖਿਆ ਕਰਦੇ ਨੇ ਇੱਕ ਵਾਰੀ ਕਹਿ ਦੇ ਬਾਹਰ ਮਾਫ ਕਰਨਾ ਗੁਰੂ ਕੀ ਸੰਗਤ ਉਹਨਾਂ ਵਿੱਚ ਇੱਕ ਸਿਆਣੇ ਬੱਚੇ ਨੇ ਆਖਿਆ ਸ਼ਾਹ ਜੀ ਇੱਥੇ ਹੋਰ ਤਾਂ ਕੋਈ ਗੁਰੂ ਨਹੀਂ ਪਰ ਉਹ ਕੱਖਾਂ ਦੀ ਕੁੜੀਆ ਉਹਦੇ ਵਿੱਚ ਇੱਕ ਭੋਰਾ ਗੁਰੂ ਤੇਗ ਬਹਾਦਰ ਮਹਾਰਾਜ ਬੀਬੀਓ ਭੈਣੋ ਭਰਾਵੋ ਬਜ਼ੁਰਗੋ ਮੇਰੀਓ ਮਾਮੋ ਧੀ ਭੈਣ ਦੀ ਸ਼ਾਦੀ ਹੋਈ ਹੋਵੇ ਨਾ ਪੰਜ ਚਾਰ ਸਾਲ ਬੱਚਾ ਨਾ ਜਨਮ ਲਵੇ ਬੱਚਾ ਨਾ ਹੋਵੇ ਧੀ ਭੈਣ ਦੇ ਸਹੁਰੇ ਪਰਿਵਾਰ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਨਾ ਮਨ ਵਿੱਚ ਕਈ ਕਿਸਮ ਦੇ ਖਿਆਲਾਤ ਘੁੰਮਣੇ ਸ਼ੁਰੂ ਹੋ ਜਾਂਦੇ ਨੇ ਖਬਰੇ ਲੜਕੀ ਦੇ ਬੱਚਾ ਹੋਣਾ ਕਿ ਨਹੀਂ ਹੋਣਾ ਇੱਕ ਵਾਰੀ ਕਹਿ ਦੇ ਪੈ ਮੁੰਡੇ ਵਾਲੇ ਵੀ ਸੋਚਣ ਲੱਗ ਪੈਂਦੇ ਨੇ ਵੀ ਆਪਾਂ ਕਾਕਿਆ ਵਿਆਹ ਹੋਰ ਕਰ ਲਈਏ ਪਰ ਇਤਿਹਾਸ ਕਰ ਲੈਂਦਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਦੇ ਭੋਲਾ ਸਾਹਿਬ ਬੈਠੇ ਨੇ ਮਹਾਰਾਜ ਸ਼ਾਦੀ ਸ਼ੁਦਾ ਸਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਦੀ ਹੋ ਚੁੱਕੀ ਸੀ ਪਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਹੁਕਮ ਸੀ ਆਪਣੀ ਮਾਤਾ ਨਾਨਕੀ ਨੂੰ ਨਾਨਕੀ ਸ਼ਬਦ ਗੁਰੂ ਘਰ ਦੋ ਵਾਰੀ ਆਇਆ ਇੱਕ ਨਾਨਕੀ ਸ਼ਬਦ ਗੁਰੂ ਨਾਨਕ ਪਾਤਸ਼ਾਹ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਤੇ ਦੂਜੀ ਵਾਰੀ ਨਾਨਕੀ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਰਮ ਪੂਜਨੀਕ ਮਾਤਾ ਦਾ ਨਾਂ ਮਾਤਾ ਨਾਨਕੀ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੁਕਮ ਸੀ ਆਪਣੀ ਮਾਤਾ ਨੂੰ ਮਾਤਾ ਜੀ ਮੇਰੇ ਮੱਥੇ ਗੁਜਰੀ ਡੁਜਰੀ ਲੱਕੜ ਦੇਣਾ ਆ ਦੁਨੀਆਂ ਦੇ ਕੋਈ ਔਰਤ ਸ਼ਾਦੀ ਸ਼ੁਦਾ ਹੋਵੇ ਪਤੀ ਗੱਲ ਨਾ ਕਰੇ ਪਰ ਖਾਲਸਾ ਜੀ ਸਾਡੇ ਮੱਥੇ ਨਹੀਂ ਲੱਗਣ ਦੇਣਾ ਇਤਿਹਾਸਕਾਰ ਲਿਖਦਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਤਪੱਸਿਆ ਦੀ ਹੱਦ ਨਹੀਂ ਪਰ ਮਾਂ ਗੁਜਰੀ ਦੇ ਸਬਰ ਤੇ ਸੰਤੋਖ ਦੀ ਹੱਦ ਨਹੀਂ ਇੱਕ ਵਾਰੀ ਕਹਿ ਦਿਓ ਬਹਿ ਸਬਰ ਤੇ ਸੰਤੋਖ ਦੀ ਹੱਦ ਨਹੀਂ ਉਹ ਵੀ ਸੰਕਲਪ ਕਹਿ ਲਓ ਫੁਰਨਾ ਕਹਿ ਲਓ ਮਾਤਾ ਨਾਨਕੀ ਦਾ ਹੀ ਬਣਿਆ ਸੀ ਭਾਗ ਜੀ ਮੇਰਾ ਪੋਤਰੇ ਦੇ ਦਾ ਮੂੰਹ ਵੇਖਣ ਨੂੰ ਚਿੱਤ ਕਰਦਾ ਫਿਰ ਉੱਥੇ ਗੰਬੜਾ ਮਰਦਾ ਗੰਬੜਾ ਹੀ ਪੈਦਾ ਹੋਣਾ ਸੀ
वाह परत पे मर्द अगमड़ा वरियाम अकेला वाह वाह गोविंद सिंह आपे गुर चेला उन्हें जो सियानी उम्र के बच्चे ने कहा शाह जी और तो इतना गुरु कोई नहीं और कखारी बड़ी कुटिया और थले एक भोर है साढ़े बुजुर्ग दसते ने बड़ी वैराग मई बाणी है नौवीं पातशाह तेगा कमला रहिंदा जा सवेर के समय निकलते ने सूर छिपन के समय बाहर टहलन वास्ते जांदा है साढ़े बुजुर्ग कहते हैं कि जो वो तेगा कमला जाता सी तेगा कमला 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 कह के बनाते हैं माफ करना खालसा जी औखा कम फकीरी वाला सूली उत्ते बहना दर दर से उन्हें टुकड़े मंगने हाँ जी कहना जे कि उन्होंने मंदिया आखे जे कि उन्होंने मंदिया आखे तद भी चंगिया कहना जा मलंगा फकीरी औखी जूंदिया मर रहना भगत कहना पिया बाबा फरीद जी कहना पिया वाट हमारी खरी उड़ीनी खन्यू तिखी बहुत प्रीणी तै ऊपर है मार्ग मेरा कै फरीद नाम समाल सवेरा आख्या शाह जी उथे रहते उथे तेगा कमला रहा मक्खन शाह जी तड़फदी आत्मा जिवें मच्छी तड़फदी है ज्यों मछली बिन पानी है उस सागत मरे प्यास यूं हर हर जन हर बिन मरिए रे मन जो बिरथा जावे सास मक्खन शाह दी आत्मा कह रही सी मक्खन शाह तू अपनी मंजिल ते बहुत ही नेड़े पहुंच गया पुजना उस कखां दी कुड़िया दे कोल माता नानकी जी अगे बैठे से आख्या माता जी मैं सतगुरु पातशाह दर्शन कर रहे ने मैं बड़ी दूर दूर तो आया चल के वाटा मारदा बड़ी दूर आया चल के मां माता नानकी ने आख्या शाह जी आख्या पुत्र तुसी ठहरो मैं वेखा समाधि च नहीं बैठे कहते छोटे होंदे पढ़दा हुंदा सां मैं वेखदी समाधि च नहीं बैठे कई बार चोट लग जाती पेट के उत्ते सतसंग जी ज्यादा सट लग जाती गल च असीं कपड़ा नहीं पा सकते एक बार कह दे वैर चोगा नहीं पा सकते कमीज नहीं पा सकते आप कमीज कढ के एक पासे रख लैंदे आ ते अगे सतगुरु गुरु तेग बहादुर जी महाराज चौकड़ा मार के बैठे ने ते माता जी ने आख्या भाग जी कोई मिलने वास्ते एक सौदागर आ गया नवें पासे ने आख्या माता जी कानू रोकना सी ओदी इंतजार च मैं बैठा चरण शरण गुरु एक पेंडा जाए चल सतगुर कोट पेंडा आगे होए लेत है जेडे गुरु घर एक कदम पट के शरदा ने जांदे ने गुरु करोड़ा कदम लैण वास्ते आउंदा है अक्के कहन रोकना सी आउंदे हो मुकरी गल की मक्खन शाह नू माता नानकी जी ने आख्या आख्या शाह जी बख्शे ते दरवाजे खुले जूं जूं बेड़ा जोरदा ओ ना गया कबरा बिपता दा समा सियाणिया दी कहावता डुबण लग्या नूं कखां दा सहारा तकना पैंदा है ਵਿਪਤਾ ਦੇ ਸਮੇਂ ਬੜੇ ਬੜੇ ਨਾਸਤਿਕ ਆਸਤਿਕ ਬਣਦੇ ਦੇਖੇ ਨੇ ਉਹ ਗਲ ਵਿੱਚ ਪੱਲੂ ਪਾ ਕੇ ਉਹਨੇ ਗਲ ਵਿੱਚ ਪੱਲੂ ਪਾ ਕੇ ਗੁਰੂ ਪੀਰ ਲੈ ਪਰ ਬੇੜਾ ਬੰਨੇ ਨਾ ਲੱਗਿਆ ਮਾਂ ਪੁਰਖਾਂ ਦੀ ਯਾਦ ਚ ਬੈਠੇ ਆ ਸਦਾ ਹੀ ਮੇਲੇ ਲੱਗਦੇ ਰਹਿਣਗੇ ਮਹਾਂਪੁਰਖ ਬਾਬਾ ਮਹਿੰਦਰ ਸਿੰਘ ਹੋਰਾਂ ਦੀ ਯਾਦ ਵਿੱਚ ਪਿੰਡ ਧਿਆਨੂ ਮਾਜਰਾ ਭਗਤ ਕਬੀਰ ਨੂੰ ਪੁੱਛਿਆ ਸੀ ਜਿਸ ਪਿੰਡ ਚ ਕੋਈ ਪਰਮੇਸ਼ਰ ਦਾ ਪਿਆਰਾ ਨਾਮ ਜਪਦਾ ਕਹਿੰਦੇ ਨੇ ਉਸ ਬੰਦੇ ਦਾ ਭਲਾ ਹੋ ਜਾਂਦਾ ਹੋਵੇਗਾ ਕਹਿੰਦੇ ਨਾਮ ਜਪ ਕੇ ਬੰਦੇ ਦਾ ਭਲਾ ਹੋ ਜਾਣਾ ਤੇ ਬੜੀ ਛੋਟੀ ਜੀ ਗੱਲ ਹੈ
ਉਹ ਨਾਮ ਜਪ ਕੇ ਨਾਮ ਜਪਣ ਵਾਲੇ ਦੀਆਂ ਕੁੰਡਾਂ ਤਰ ਜਾਂਦੀਆਂ ਨੇ। ਉਹ ਕਹਿੰਦੇ ਨੇ ਕੁੰਡਾਂ ਦੇ ਤਰ ਜਾਂਦੀਆਂ ਨੇ, ਉਹ ਪਿੰਡ ਪਿੰਡ ਵੀ ਤਰ ਜਾਂਦਾ ਖਾਲਸਾ ਜੀ। ਉਹਨੂੰ ਦੱਸਿਆ ਕਿਸੇ ਸਾਥੀ ਨੇ, ਇੱਕ ਹੋਰ ਵੀ ਗੁਰੂ ਅਜਮਾ, ਉਹਨੇ ਆਖਿਆ ਬਾਬਾ ਬਕਾਲੇ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜਾਂਦੇ ਜਾਂਦੇ ਬਚਨ ਕਰ ਗਏ ਨੇ, ਬਾਬਾ ਬੱਸੇ ਵਿੱਚ ਬਕਾਲੇ। ਕਲ ਵਿੱਚ ਪੱਲੂ ਪਾ ਕੇ ਗੁਰੂ ਨਵਾਂ ਲਿਆ ਤੇਰਾ, ਉਹਦਾ ਪੇੜਾ ਬੰਨੇ ਲੱਗਿਆ। ਮੈਂ ਬੜੇ ਬੜੇ ਲੋਕ ਦੁਨੀਆਂ ਨੇ ਵੇਖੇ ਨੇ, ਥਾਂ ਥਾਂ ਤੇ ਜਾਂਦੇ ਵੇਖੇ ਨੇ, ਥਾਂ ਥਾਂ ਤੇ ਬਿਨਾਂ ਧੱਕਿਆਂ ਨੂੰ ਕਿਤੋਂ ਨੀ ਕੁਝ ਮਿਲਦਾ, ਪਰ ਅਖੀਰ ਗੁਰੂ ਗ੍ਰੰਥ ਦੇ ਚਰਨਾਂ ਵਿੱਚ ਢਹਿ ਕੇ ਨੱਕ ਰਗੜਦੇ ਦੇਖੇ ਨੇ ਦਾਸ ਨੇ ਖਾਲਸਾ ਜੀ। ਉਹ ਸੁਣੀ ਪੁਕਾਰ ਸ਼ਾਹ ਦੀ, ਉਹਦਾ ਬੇੜਾ ਲੱਗਾ, ਉਹਦਾ ਬੇੜਾ ਕੰਡੇ ਆ ਪਹੁੰਚਾ ਵਿੱਚ ਬਕਾਲੇ ਦੇ ਕੰਨੇ ਕੰਨੇ ਗੁਰੂ ਦੇ ਅੱਗੇ ਮੋਹਰਾ ਰੱਖਦੇ ਰੱਖਦੇ ਬਾਬੇ ਬਕਾਲੇ ਦੀ ਧਰਤੀ ਤੋਂ ਬਾਹਰ ਪੁੱਜਿਆ। ਬੱਚੇ ਪਸ਼ੂ ਚਾਰ ਰਹੇ ਸਨ, ਡੰਗਰ ਚਾਰ ਰਹੇ ਨੇ, ਉਹਨਾਂ ਨੂੰ ਪੁੱਛਿਆ ਇੱਥੇ ਕੋਈ ਗੁਰੂ ਹੋਰ ਵੀ ਹੈ? ਉਹਨਾਂ ਕਹਿ ਸ਼ਾਹ ਜੀ ਹੋਰ ਤਾਂ ਗੁਰੂ ਕੋਈ ਨੀ, ਪਰ ਸਾਡੇ ਵੱਡੇ ਵਡੇਰੇ ਦੱਸਦੇ ਨੇ, ਬਜ਼ੁਰਗ ਦੱਸਦੇ ਨੇ। ਕੱਖਾਂ ਦੀ ਬਣੀ ਗੁਡੀਆ, ਸਾਡੇ ਬਜ਼ੁਰਗ ਦੱਸਦੇ ਨੇ, ਉਹਦੇ ਥੱਲੇ ਇੱਕ ਭੋਰਾ ਹੈ, ਉੱਥੇ ਇੱਕ ਤੇਗਾ ਕਮਲਾ ਰਹਿੰਦਾ, ਉਹਨੂੰ 22-26 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ। ਅਸਲ ਵਿੱਚ ਉਹ ਸਮਾਂ ਆ ਗਿਆ ਸੀ ਜਦੋਂ ਸਤਿਗੁਰ ਪਾਤਸ਼ਾਹ ਨੇ ਪ੍ਰਗਟ ਹੋਣਾ ਸੀ। ਬਾਬਾ ਮੱਖਣ ਸ਼ਾਹ ਦਾ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਪੁੱਜਿਆ। ਉਹਨੇ ਦਰਸ਼ਨ ਕੀਤੇ ਗੁਰਾਂ ਦੇ, ਉਹਦੇ ਮਨ ਵਿੱਚ ਚੜ ਗਿਆ ਚਾ, ਉਹਨੇ ਦਰਸ਼ਨ ਕੀਤੇ ਗੁਰਾਂ ਦੇ, ਉਹਦੇ ਮਨ ਵਿੱਚ ਚੜ ਗਿਆ ਚਾ, ਪਰ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਇਸ ਗੁਰੂ ਨੂੰ ਲਈਏ ਅਜਮਾ। ਪੰਜ ਸੋਨੇ ਦੀਆਂ ਮੁੱਲ ਰੱਖ ਕੇ ਜੇ ਨਮਸਕਾਰ ਕੀਤੀ। ਮਹਾਰਾਜ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਸ਼ਾਹ ਜੀ ਗੁਰੂ ਘਰ ਚ ਮਾਇਆ ਦੀ ਤੇ ਕਮੀ ਨਹੀਂ, ਤੂੰ 500 ਮੋਹਰਾਂ ਸੁੱਖ ਕੇ, 500 ਮੋਹਰਾਂ ਸੁੱਖ ਕੇ ਤੂੰ ਰਿਹਾ ਪੰਜ ਚਿੜਾ, ਉਹ ਤੇਰੇ ਖੁਬੇ ਕੇ ਲਜਾਜ ਦੇ ਉਹ ਭੁੱਲ ਵੀ ਗਏ। ਤੇਰੇ ਖੁੱਬੇ ਕਿਲ ਜਹਾਜ ਦੇ, ਤੇਰੇ ਖੁੱਬੇ ਕਿਲ ਜਹਾਜ ਦੇ ਗੁਰਾਂ ਦਸੀ ਦਿੱਤੀ ਪੈਟੂਆ। ਆ ਵੇਖੋ ਪਾਤਸ਼ਾਹ ਨੇ ਪੈਟੂਆ ਕੇ ਆਖਿਆ, ਤੇਰੇ ਜਹਾਜ ਨੂੰ ਬੰਨੇ ਲਾਉਣ ਲੱਗੇ, ਜਿਹੜੇ ਜ਼ਖਮ ਹੋਏ ਨੇ ਅਜੇ ਜ਼ਖਮ ਵੀ ਆਲੇ ਨੇ। ਮੱਖਣ ਸ਼ਾਹ ਮਰਦ ਚਰਨਾਂ ਤੇ ਟਹਿ ਪਿਆ, ਮਹਾਰਾਜ ਮੈਂ ਤੁਹਾਨੂੰ ਪ੍ਰਗਟ ਕਰੂੰਗਾ। ਕਹਿੰਦੇ ਸ਼ਾਹ ਜੀ ਜਿਹੜਾ ਸਾਨੂੰ ਪ੍ਰਗਟ ਕਰੂਗਾ ਉਹਦਾ ਗੁਰੂ ਨਾਨਕ ਦੀ ਦਰਗਾਹ ਵਿੱਚ ਮੂੰਹ ਕਾਲਾ ਹੋਵੇਗਾ, ਉਹ ਕਿਹੋ ਜਿਹਾ ਸਿੱਖ ਹੋਊਗਾ ਹੋਵੇ।
आख्या मारे बस इनी गल माता नानकी दे पास आना माता जी एक कम करे आख्या दसो पुत्र आख्या जा रोटियां पकाने वाला तवा दियो तवा लैके माता जी पासों ओदे तवे दे थले दी कालख लैके ते मुंह दे उत्ते मल ली मुंह दे उत्ते कालख मल के ते गुरु तेग बहादुर मर्द चरण च हाथ जोड़ के खड़ा हो गया पातशाह कहिंदे शाह जी आ की कीता आख्या मारे तुहाडा वचन पूरा कीता ਤੁਹਾਡਾ ਬਚਨ ਪੂਰਾ ਕੀਤਾ ਤੁਸੀਂ ਕਿਹਾ ਸੀ ਨਾ ਉਹਦਾ ਮੂੰਹ ਗੁਰੂ ਨਾਨਕ ਦੀ ਦਰਗਾਹ ਵਿੱਚ ਕਾਲਾ ਹੋਵੇਗਾ ਆਖਿਆ ਮੱਖਣ ਸ਼ਾਹ ਪ੍ਰਗਟ ਹੋ ਕੇ ਬੜੇ ਬੜੇ ਦੁੱਖ ਨੇ ਪ੍ਰਗਟ ਹੋ ਕੇ ਮੇਰੇ ਦਾਦੇ ਗੁਰੂ ਹਰਗੋਬਿੰਦ ਸਮਰਨ ਜੰਗ ਲੜਨੇ ਪੈ ਰਹੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਮਰਨ ਜੰਗ ਲੜਨੇ ਪੈ ਰਹੇ ਪ੍ਰਗਟ ਹੋ ਕੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਮਰਨ ਗੋਲੀਆਂ ਕਿਲੀਆਂ ਕੈਦਾਂ ਕੱਟਣੀਆਂ ਪਈਆਂ ਨੇ ਪ੍ਰਗਟ ਹੋ ਕੇ ਮੇਰੇ ਮਾਫ ਕਰਨਾ ਦਾਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਣਾ ਪੈਣਾ ਫਿਰ ਵੀ ਜੇ ਤੂੰ ਪ੍ਰਗਟ ਹੀ ਕਰਨਾ ਹੈ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ ਦਰਗਾਹ ਚ ਮੱਖਣ ਸ਼ਾਹ ਨੇ ਕਿਹਾ ਜੀ ਇੰਨੀ ਗੱਲ ਹੀ ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਤੇਗ ਬਹਾਦਰ ਜੀ ਮਾਰੇ ਕਹਿੰਦੇ ਆਹ ਕੀ ਕੀਤਾ ਕਹਿੰਦਾ ਮਾਰੇ ਤੁਸੀਂ ਕਿਰਪਾ ਕਰਕੇ ਦੱਸੋ ਤੁਹਾਡੇ ਤੋਂ ਵੱਡੀ ਕੋਈ ਗੁਰੂ ਨਾਨਕ ਦੀ ਦਰਗਾਹ ਹੋਰ ਵੀ ਹੈ ਮੋਕੜੀ ਗੱਲ ਕੇ ਸਾਧ ਸੰਗਤ ਜੀ ਬਾਬਾ ਬੱਸੇ ਵਿੱਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਸੰਤ ਬਾਬਾ ਮਹਿੰਦਰ ਸਿੰਘ ਜੀ ਤੁਹਾਡੇ ਧਿਆਨੂ ਮਾਜਰੇ ਵਾਲੇ ਮਹਾਂਪੁਰਖ ਸਾਧ ਸੰਗਤ ਜੀ ਅਗਲੀ ਵਾਰੀ ਹੋਰ ਵੀ ਇੱਥੇ ਜ਼ਿਆਦਾ ਇਕੱਠ ਹੋਏਗਾ ਪਰ ਜੇ ਤੇ ਕੋਸ਼ਿਸ਼ ਕਰਿਓ ਇਹ ਪੰਡਾਲ ਤੁਹਾਡਾ ਬਹੁਤ ਛੋਟਾ ਰਹਿ ਜਾਏਗਾ ਖਾਲਸਾ ਜੀ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਇੰਨੇ ਸ਼ਬਦ ਪ੍ਰਵਾਨ ਕਰੋ ਮੈਂ ਬਾਬਾ ਜੀ ਦੇ ਬੇਟੇ ਨੂੰ ਮੇਰੇ ਕਹਿਣ ਤੋਂ ਮਰਾਦ ਮਾਸਟਰ ਨੇਕ ਸਿੰਘ ਹੋਰਾਂ ਨੂੰ ਗੁਰੂ ਕੀ ਸੰਗਤ ਅੱਜ ਦੇ ਦਿਨ 'ਤੇ ਅਰਦਾਸ ਵੀ ਕਰਦਾ ਮਾਰੇ ਇਹਨਾਂ ਸਿਰ 'ਤੇ ਮਿਹਰ ਭਰੇ ਹੱਥ ਰੱਖਣ ਚੜ੍ਹਦੀ ਕਲਾ ਬਖਸ਼ਣ ਚੜ੍ਹਦੀ ਕਲਾ 'ਚ ਰੱਖਣ ਇੰਨੇ ਸ਼ਬਦ ਪ੍ਰਵਾਨ ਸਾਧ ਸੰਗਤ ਨੂੰ ਵੀ ਸਮਾਂ ਆਗਿਆ ਨਹੀਂ ਦਿੰਦਾ ਅੱਗੇ ਬੁਲਾਰੇ ਹੋਰ ਵੀ ਬੈਠੇ ਨੇ ਹੋਈਆਂ ਭਲਾਂ ਦੀ ਮਾਫ਼ੀ ਤੁਸੀਂ ਹੱਸਦੇ ਰਹੋ ਤੁਸੀਂ ਵੱਸਦੇ ਰਹੋ ਤੁਸੀਂ ਸਿੱਖੀ ਦੇ ਰਾਹ 'ਤੇ ਚੱਲਦੇ ਰਹੋ ਅਸੀਂ ਦੇਖਦੇ ਰਹੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਮੈਂ ਅੰਤ ਵਿੱਚ ਮਾਲਵਾ ਟੀ ਵੀ ਵਾਲੇ ਅੱਜ ਅਮਰੀਕਾ ਕੈਨੇਡਾ ਇੰਗਲੈਂਡ ਅੱਜ ਲੋਕ ਆਪਣੇ ਕੰਮ ਕਾਰ ਬੰਦ ਕਰ ਕਰਕੇ ਟੀ ਵੀ ਦੇ ਸਾਹਮਣੇ ਬੈਠੇ ਨੇ ਨੈੱਟ 'ਤੇ ਬੈਠੇ ਨੇ ਕਿ ਅੱਜ ਸੰਤ ਬਾਬਾ ਅਜੀਤ ਸਿੰਘ ਸੰਤ ਬਾਬਾ ਅਮਰਿੰਦਰ ਸਿੰਘ ਧਿਆਨੂ ਮਾਜਰੇ ਵਾਲਿਆਂ ਦੀ ਬਰਸੀ ਦੇ ਸੰਬੰਧ 'ਚ ਪ੍ਰੋਗਰਾਮ ਹੈ ਅੱਜ ਉੱਥੋਂ